ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰੀਬ 3 ਮਹੀਨੇ ਬਾਅਦ ਮੂਲ ਨਿਵਾਸੀਆਂ ਦੇ ਉਸ ਪਾਈਚਾਰੇ ਵਿੱਚ ਪਹੁੰਚ ਕੇ ਦੌਰਾ ਕੀਤਾ ਜਿੱਥੇ ਚਾਕੂ ਮਾਰ ਕੇ ਸਤੰਬਰ 4 ਨੂੰ 11 ਕਤਲ ਕਰ ਦਿੱਤੇ ਗਏ ਸਨ ਤੇ 18 ਹੋਰ ਜ਼ਖਮੀ ਹੋਏ ਸੀ ਸਸਕੈਚਵਨ ਦੇ ਵੈਲਡਨ ਕੋਲ ਜੋ ਸਸਕਾਤੂਨ ਦੇ ਉੱਤਰ ਪੂਰਬ ਵਾਲ ਇੱਕ ਪਾਈਚਾਰਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ 20 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗੀ ਜੋ ਮੂਲ ਨਿਵਾਸੀਆਂ ਦੀ ਅਗਵਾਈ ਹੇਠ ਸੁਰੱਖਿਆ ਸਬੰਧੀ ਪ੍ਰੋਜੈਕਟ ਹੋ ਚਲਾਏ ਜਾਣ ਦੇਸ਼ ਭਰ ਵਿੱਚ ਜਿੱਥੇ ਇਹ ਵੀ ਵਾਦਾ ਕੀਤਾ ਗਿਆ ਕਿ ਕੈਨੇਡਾ ਵਿੱਚ ਮੂਲ ਨਿਵਾਸੀਆਂ ਦੀ ਪੁਲਿਸ ਨੂੰ ਵੀ ਜ਼ਰੂਰੀ ਬਣਾਉਣ ਤੇ ਕੰਮ ਹੋਵੇਗਾ ਸੋਮਵਾਰ ਨੂੰ ਜੇਮਸ ਸਮਿਥ ਕ੍ਰੀ ਨੇਸ਼ਨ ਦਾ ਸਸਕੈਚਵਨ ਵਿੱਚ ਦੌਰਾ ਕਰਦੇ ਹੋਏ ਜਸਟਿਨ ਟਰੂਡੋ ਨੇ ਇਹ ਐਲਾਨ ਕੀਤੇ ਜਿੱਥੇ ਭਾਈਚਾਰੇ ਵਿੱਚ ਚਾਕੂ ਨਾਲ ਕਤਲ ਹੋਣ ਦੇ 3 ਮਹੀਨੇ ਪਹਿਲਾਂ ਮਾਮਲੇ ਸਾਹਮਣੇ ਆਏ ਅਗਲੇ ਸਾਲ ਦੌਰਾਨ ਲਈ ਫੈਡਰਲ ਸਰਕਾਰ ਵੱਲੋਂ 40 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਕਿ ਮੂਲ ਨਿਵਾਸੀਆਂ ਦੇ ਭਾਈਚਾਰੇ ਵਿੱਚ ਨਵੇਂ ਵੈਲਨੈਸ ਸੈਂਟਰ ਬਣਾਏ ਜਾਣ 32 ਸਾਲ ਦਾ ਮਾਈਲ ਸੈਂਡਰਸਨ ਜਿਸਦੇ ਉੱਤੇ ਚਾਕੂ ਮਾਰਨ ਦੇ ਇਲਜ਼ਾਮ ਸਨ ਉਹ ਪੁਲਿਸ ਦੀ ਹਿਰਾਸਤ ਵਿੱਚ ਸੀ ਤਾਂ ਉਸਨੇ ਦਵਾਈਆਂ ਨਿਗਲ ਲਈਆਂ ਸਨ ਤੇ ਉਸ ਦੀ ਮੌਤ ਹੋ ਗਈ ਸੀ ਜਿਸ ਨੂੰ 4 ਦਿਨ ਤੱਕ ਪੁਲਿਸ ਲੱਭਦੀ ਰਹੀ ਸੀ ਜਿਸ ਤੋਂ ਬਾਅਦ ਉੱਥੋਂ ਦੇ ਲੋਕ ਹਜੇ ਵੀ ਉਸ ਸਹਿਮ ਦੇ ਮਾਹੌਲ ਵਿੱਚੋਂ ਉੱਭਰ ਰਹੇ ਨੇ ਤੇ ਕਈਆਂ ਨੇ ਜੋ ਆਪਣੇ ਨੂੰ ਖੋਦ ਦਿੱਤਾ ਹੈ ਉਸ ਦੇ ਲਈ ਅਫਸੋਸ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਤੇ ਨਾਲ ਹੀ ਜੋ ਇਹ ਫੈਡਰਲ ਫੰਡਿੰਗ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕਈ ਵੱਖ-ਵੱਖਰੇ ਪ੍ਰੋਜੈਕਟ ਹੋਣਗੇ ਜਿਸ ਉੱਤੇ ਆਉਂਦੇ ਸਾਲਾਂ ਦੇ ਵਿੱਚ ਕੰਮ ਕੀਤੇ ਜਾਣ ਦਾ ਵਾਅਦਾ ਤੇ ਦਾਵਾ ਕੀਤਾ ਗਿਆ ਜਿਸ ਦੇ ਵਿੱਚ ਮੂਲ ਨਿਵਾਸੀਆਂ ਦੀ ਪੁਲਿਸ ਨੂੰ ਅਸੈਂਸ਼ੀਅਲ ਸਰਵਿਸ ਵਜੋਂ ਐਲਾਨਣਾ In September, all Canadians were shocked and heartbroken by the horrific attacks in this community. I know you're still reeling and still processing what happened and what took place. And I know from the conversations I had that members of the community are still grappling with it. Every single day. Earlier today, I got to sit down with a number of family members to hear your pain, to hear your anger, to hear also your hope for the future and your doubts that it will get better. I know this isn't easy. I know how. Overwhelming this still is for all of you. I know too that as happens, news continues to happen elsewhere across the country, and Canadians who were standing with you and heartbroken during those first weeks of September are now reflecting on other things. So, this opportunity to gather. In front of Canadians, all of us, and remind them that this is a community still grieving.